ਅਸਲਾਮੁ ਅਲੈਕਮ ਸਾਰੇ ਦੋਸਤਾਂ ਭਰਾਵਾਂ ਨੂੰ, ਕੀ ਹਾਲ ਚਾਲ, ਠੀਕ ਹੋ? ਅਤੇ ਦੋਸਤੋ, ਚੈਨਲ ਤੁਸੀਂ ਵੇਖ ਰਹੇ ਹੋ ਅਬਾਸ ਅਸੀਲ ਓਫਿਸ਼ਲ, ਮੇਰੇ ਚੈਨਲ ਦਾ ਨਾਂ ਹੈ। ਅਤੇ ਵੀਡੀਓ ਅੱਜ ਬਣਾ ਰਹੇ ਹਾਂ ਜਿਹੜੇ ਮੁਰਗਿਆਂ ਦੀਆਂ ਨੋਕ ਖਰਾਬ ਹੋ ਜਾਂਦੀਆਂ, ਨੋਕਾਂ ਖਰਾਬ ਹੋ ਜਾਂਦੀਆਂ, ਜਿਹੜੇ ਲੜਾਈ ਵਾਲੇ ਮੁਰਗਿਆਂ ਦੀਆਂ ਨੋਕਾਂ ਖਰਾਬ ਹੋ ਜਾਂਦੀਆਂ ਨੇ, ਕਿਸੇ ਵਜ੍ਹਾ ਨਾਲ ਵੀ ਹੋ ਜਾਂਦੀਆਂ ਨੇ, ਅਤੇ ਉਹ ਅੱਜ ਤੁਹਾਨੂੰ ਦੱਸਾਂਗਾ ਕਿ ਚੀਜ਼ ਐਸੀ ਦੱਸਾਂਗਾ ਕਿ ਇਸ ਤਰ੍ਹਾਂ ਨੋਕ ਪੂਰੀ ਹੋਏਗੀ, ਜਿਹੜੀਆਂ ਨੋਕਾਂ ਪੂਰੀਆਂ ਨਹੀਂ ਹੁੰਦੀਆਂ ਪਈਆਂ, ਉਹ ਇੰਝ ਦਿਨਾਂ ਦੇ ਵਿੱਚ ਨੋਕ ਤੁਹਾਡੀ ਪੂਰੀ ਹੋ ਜਾਏਗੀ ਮੁਰਗੇ ਦੀ। ਅਤੇ ਕਿਉਂਕਿ ਸੀਜ਼ਨ ਸ਼ੁਰੂ ਹੋ ਗਿਆ, ਨੋਕਾਂ ਕਈਆਂ ਵੀਰਾਂ ਭਰਾਵਾਂ ਦੀਆਂ, ਦੋਸਤਾਂ ਦੀਆਂ, ਮੁਰਗਿਆਂ ਦੀਆਂ ਖਰਾਬ ਹੋ ਜਾਂਦੀਆਂ ਨੇ। ਅਤੇ ਵੀਡੀਓ ਜਿਹੜੇ ਨਵੇਂ ਸ਼ੌਕੀਨ ਨੇ ਨਾ, ਉਹਨਾਂ ਵਾਸਤੇ ਜ਼ਿਆਦਾਤਰ ਮੇਰੀ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ, ਮੁਰਗੇ ਮਹਿੰਗੇ ਮਹਿੰਗੇ ਖਰੀਦਦੇ ਨੇ, ਅਤੇ ਜਦੋਂ ਨੋਕ ਉੱਤਰ ਗਈ ਜਾਂ ਘੱਟ ਹੋ ਗਈ ਤਾਂ ਮੁਰਗਾ ਤਾਂ ਵਕਤੀ ਤੌਰ ਬੇਕਾਰ ਹੋ ਗਿਆ, ਕਿਉਂਕਿ ਸਰਦੀ ਦੇ ਵਿੱਚ ਨੋਕ ਵੈਸੇ ਹੀ ਬਹੁਤ ਲੇਟ ਪੂਰੀ ਹੁੰਦੀ ਹੈ। ਗਰਮੀ ਦੇ ਵਿੱਚ ਜਿਹੜੀ ਨਾ ਨੋਕ ਜਲਦੀ ਪੂਰੀ ਹੋ ਜਾਂਦੀ, ਸਰਦੀ ਦੇ ਵਿੱਚ ਬਹੁਤ ਲੇਟ ਹੁੰਦੀ ਹੈ। ਇਹ ਮੈਂ ਹੁਣ ਚੀਜ਼ ਤੁਹਾਨੂੰ ਅੱਜ ਦੱਸਾਂਗਾ, ਸਰਦੀਆਂ ਨੇ ਜਾਂ ਗਰਮੀਆਂ ਨੇ, ਸਰਦੀਆਂ ਵਾਸਤੇ ਤਾਂ ਬਹੁਤ ਹੀ ਅਹਿਮ ਚੀਜ਼ ਹੈ ਨਾ, ਬਹੁਤ ਅਹਿਮ ਟਿਪ ਤੁਹਾਨੂੰ ਦੱਸਣ ਲੱਗਾ ਜੀ, ਅਤੇ ਇਨਸ਼ਾਅੱਲਾ ਦੁਆਵਾਂ ਦਿਓਗੇ, ਕਿਉਂਕਿ ਮੁਰਗੇ ਜਾਲੀ ਦੇ ਵਿੱਚ ਮਾਰ ਲੈਂਦੇ ਨੇ, ਇੱਕ ਮੁਰਗਾ ਬਾਹਰ ਹੈ, ਜਾਂ ਕਈ ਬਾਜ਼ ਦਫ਼ਾ ਹੁੰਦਾ ਕਿ ਪੱਠੇ ਮਸਤੀ ਕਰ ਲੈਂਦੇ ਨੇ, ਮੁਰਗਾ ਖੁੱਡੇ ਦੇ ਅੰਦਰ ਹੈ, ਕੋਈ ਪੱਠੇ ਬਾਹਰ ਫਿਰਦੇ ਨੇ, ਉਹ ਕਿਸੇ ਵੇਲੇ ਮਸਤੀ ਕਰਕੇ ਤਾਂ ਲੱਗ ਜਾਂਦੇ ਨੇ, ਅਤੇ ਜਾਲੀ ਨੂੰ ਜਦੋਂ ਪਾਉਂਦੇ ਨੇ ਨਾ ਨੋਕਾਂ, ਉਹ ਬਾਹਰੋਂ ਪਾਏਗਾ, ਅੰਦਰੋਂ ਪਾਏਗਾ, ਅਤੇ ਉਹ ਇਸ ਤਰ੍ਹਾਂ ਕਰਕੇ ਜਦੋਂ ਜਾਲੀ ਨੂੰ ਨੋਕ ਪਾ ਕੇ ਉੱਡਦੇ ਨੇ ਨਾ, ਅਤੇ ਉਹ ਨੋਕ ਕਈਆਂ ਦੀ ਤਾਂ ਪੂਰੀ ਲੈ ਜਾਂਦੀ, ਨਹੀਂ ਤਾਂ ਜ਼ਿਆਦਾਤਰ ਅੱਧ ਦੇ ਵਿੱਚੋਂ ਨੋਕਾਂ ਟੁੱਟ ਜਾਂਦੀਆਂ, ਅਤੇ ਬੜਾ ਖਤਰਨਾਕ ਕੰਮ ਹੁੰਦਾ ਉਹ, ਅੱਧ ਤੋਂ ਜਿਹੜੀ ਨੋਕ ਟੁੱਟ ਜਾਏ ਨਾ, ਬੜਾ ਟਾਈਮ ਲੈਂਦੀ ਹੈ, ਬਲ ਤਾਂ ਕਈਆਂ ਨੂੰ ਮੈਂ ਵੇਖਿਆ ਮੁਰਗੇ ਬੋੜੇ ਹੋ ਜਾਂਦੇ ਨੇ, ਉਹਨਾਂ ਕੋਲ ਨੋਕ ਪੂਰੀ ਨਹੀਂ ਹੋਈ, ਅਤੇ ਜਿਨ੍ਹਾਂ ਨੂੰ ਪਤਾ ਉਹ ਤਾਂ ਫਿਰ ਕਰ ਲੈਂਦੇ ਨੇ ਨਾ, ਜਿਹੜੇ ਨਵੇਂ ਸ਼ੌਕੀਨ ਨੇ ਉਹਨਾਂ ਦੇ ਜ਼ਾਇਆ ਹੋ ਜਾਂਦੇ ਨੇ, ਫਿਰ ਉਹ ਬਚੇਲ ਹੀ ਹੁੰਦਾ ਜੀ, ਬਚੇਲ ਵੀ ਮੁਰਗਾ ਪੂਰਾ ਹੀ ਹੋਵੇ ਤਾਂ ਸੋਹਣਾ ਲੱਗਦਾ। ਅਤੇ ਇਸ ਵਾਸਤੇ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਤੁਹਾਨੂੰ ਦੱਸਾਂਗਾ, ਤੇਲ ਦੱਸਾਂਗਾ, ਉਹ ਤੁਸੀਂ ਜਿਸ ਤਰੀਕੇ ਨਾਲ ਦੱਸਾਂਗਾ ਉਸ ਤਰ੍ਹਾਂ ਤੁਸੀਂ ਲਾਉਣਾ, ਅਤੇ ਮੁਰਗੇ ਤੁਹਾਡੇ ਦੀ ਨੋਕ ਫਟੋਫਟ ਪੂਰੀ ਹੋ ਜਾਏਗੀ। ਅਤੇ ਨਾਲੇ ਇਹ ਪੱਠਾ ਘੇਗਾ ਆਉਂਦਾ ਜੀ ਮੇਰੇ ਦਾ, ਸ਼ੌਂਕ ਕਰੋ, ਇਹ ਕਰੀਜ਼ 'ਚ ਹੈਗਾ, ਵੇਖੋ ਮਾਸ਼ਾਅੱਲਾ ਚਿਹਰਾ ਚੂਰਾ ਵੇਖੋ ਆਉਂਦਾ, ਕਰੀਜ਼ 'ਚ ਹੈਗਾ, ਨਲੀਆਂ ਵੀ ਵੇਖੋ। ਅਤੇ ਦੱਸਣਾ ਤੁਸੀਂ ਕੈਸਾ ਲੱਗਾ ਜਾਨਵਰ, ਅਤੇ ਨੁਸਖਾ ਵੀ ਦੱਸੀਦਾ ਨਾਲ, ਸ਼ੌਂਕ ਠਰਕ ਵੀ ਕਰਾ ਦੇਈਦਾ। ਚਲੋ ਅੱਛਾ, ਕਰਨਾ ਤੁਸੀਂ ਇਹ ਵੇ ਕਿ ਪਹਿਲੇ ਤਾਂ ਇਹ ਤਿਆਰ ਕਰਿਆ ਕਰੋ ਕਿ ਜਿਹੜੇ ਮੁਰਗੇ ਚੌਰਸ ਜਾਲੀ ਜਿਨ੍ਹਾਂ ਨੇ ਲਵਾਈ ਹੋਈ ਹੈ, ਕਈਆਂ ਨੇ ਤਾਂ ਤਾਰਾਂ ਤੂਰਾਂ ਲਵਾਈਆਂ ਹੁੰਦੀਆਂ ਨਾ, ਪੱਟੀ ਲਵਾਈ ਹੁੰਦੀ ਜਾਂ ਗੋਲ ਤਾਰ ਹੁੰਦੀ ਹੈ, ਉਹਦੇ ਨਾਲ ਮੁਰਗੇ ਲੜ ਵੀ ਜਾਣ ਨਾ, ਅਤੇ ਮੈਂ ਜ਼ਿਆਦਾਤਰ ਵੇਖਿਆ ਕਿ ਮੁਰਗਿਆਂ ਦੀਆਂ ਨੋਕਾਂ ਨਹੀਂ ਖਰਾਬ ਹੁੰਦੀਆਂ, ਇਹ ਜ਼ਿਆਦਾਤਰ ਖਰਾਬ ਹੁੰਦੀਆਂ ਨੇ ਜਾਲੀਆਂ ਦੇ ਵਿੱਚੋਂ, ਜਾਲੀਆਂ ਜਿਹਨਾਂ ਦੋਸਤਾਂ ਨੇ ਲਾਈਆਂ ਨੇ, ਉਹ ਬਹੁਤ ਜ਼ਿਆਦਾ ਤਿਆਰ ਕਰਨ ਕਿ ਜਦੋਂ ਆਪਣੇ ਉਦੋਂ ਕੱਪੜੇ ਲਾ ਉੱਤੇ ਆਪਣਾ ਚੁੱਕਦੇ ਨੇ ਕਰਨ, ਨਹੀਂ ਤਾਂ ਜਦੋਂ ਜਾਂਦੇ ਜੇ ਨਾ ਕੱਪੜਾ ਅੱਗੇ ਕੋਈ ਪਾ ਕੇ ਜਾਇਆ ਕਰੋ, ਜਿਹਨਾਂ ਕੋਲ ਜਾਲੀ ਵਾਲੇ ਖੁੱਡੇ ਨੇ ਉਹ ਤਿਆਰ ਕਰਿਆ ਕਰੋ, ਤਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ। ਤੁਹਾਡੇ ਵੀਡੀਓ ਅਸਲ 'ਚ ਬਣਾਉਣ ਦਾ ਮਕਸਦ ਇਹ ਕਿਸੇ ਦਾ ਫਾਇਦਾ ਹੋਵੇ, ਕਿਸੇ ਦਾ ਭਲਾ ਹੋਵੇ, ਵੀਡੀਓ ਜ਼ਿਆਦਾਤਰ ਬਣਾਈ ਦੀ ਹੈ ਕਿ ਜ਼ਾਇਆ ਨਾ ਹੋਣ। ਅਤੇ ਮੈਂ ਤਕਰੀਬਨ ਹਰ ਵੀਡੀਓ 'ਚ ਕਹਿੰਦਾ, ਦੱਸਣ ਨਾਲ ਕੋਈ ਫਰਕ ਨਹੀਂ ਪੈਂਦਾ, ਜਿੰਨਾ ਕੁ ਤੁਹਾਨੂੰ ਪਤਾ ਤੁਸੀਂ ਅੱਗੇ ਵੀ ਸ਼ੇਅਰ ਕਰਿਆ ਕਰੋ, ਦੱਸਣਾ ਚਾਹੀਦਾ, ਸਦਕਾ ਜਾਰੀ ਹੈ। ਅਤੇ ਚੀਜ਼ ਨੋਟ ਕਰੋ ਜਿਹੜੀ ਦੱਸਣੀ ਹੈ, ਅਤੇ ਤਿਆਦ ਮੈਂ ਦੱਸ ਦਿੱਤੀ ਹੈ ਕਿ ਜਿਨ੍ਹਾਂ ਨੇ ਜਾਲੀ ਲਾਈ ਹੋਈ ਨਾ, ਜਿਨ੍ਹਾਂ ਦੋਸਤਾਂ ਦੇ ਪਿੰਜਰਿਆਂ ਨੂੰ ਜਾਲੀ ਲੱਗੀ ਹੈ, ਉਹ ਜਦੋਂ ਜਾਂਦੇ ਜੇ ਨਾ ਤੁਸੀਂ, ਜਿੰਨੀ ਦੇਰ ਕੋਲ ਬੈਠਦੇ ਜੇ ਚੁੱਕਦੇ ਹੋ, ਨਹੀਂ ਤਾਂ ਅੱਗੇ ਕੱਪੜਾ ਪਾ ਕੇ ਰੱਖਿਆ ਕਰੋ, ਫਿਰ ਨੋਕ ਨਹੀਂ ਖਰਾਬ ਹੁੰਦੀ, ਕਿਉਂਕਿ ਮੁਰਗੇ ਨੂੰ ਨਜ਼ਰ ਨਹੀਂ ਆਉਂਦਾ। ਅਤੇ ਜ਼ਿਆਦਾਤਰ ਮੇਰੇ ਕੋਲ ਜਿੰਨੇ ਦੋਸਤ ਵੀਰ ਬਹਿੰਦੇ ਨੇ ਆਣ ਕੇ, ਉਹ ਇੰਝ ਹੀ ਦੱਸਦੇ ਨੇ ਕਿ ਉਹ ਜੀ ਜਾਲੀ ਦੇ ਵਿੱਚੋਂ ਯਾਰ ਮੁਰਗਾ ਨਾਲ ਨਾਲ ਟੁੱਟਦਾ ਨਾ, ਤਾਂ ਫਿਰ ਵੀ ਨੋਕ ਘੱਟ ਅੱਗੋਂ ਤੇਜ਼ੀ ਜਿਹੜੀ ਹੈ ਨਾ ਉਹ ਭੁਰ ਜਾਂਦੀ, ਨਾਲ ਨਾਲ ਮੁਰਗੇ ਰਗੜਦੇ ਰਹਿੰਦੇ ਨੇ, ਇਸ ਤਰ੍ਹਾਂ ਚੱਲਦੇ ਰਹਿੰਦੇ ਨੇ।
ਤੇ ਇਸ ਵਾਸਤੇ ਥੋੜ੍ਹੀ ਜਿਹੀ ਤਿਆਰ ਕਰਿਆ ਕਰੋ, ਤੁਹਾਡਾ ਫਾਇਦਾ ਵੀਡੀਓ ਨਾਲੇ ਪੂਰੀ ਵੇਖਿਆ ਕਰੋ ਅਤੇ ਕੁਛ ਹਾਸਲ ਹੁੰਦਾ, ਨੁਕਸਾਨ ਨਹੀਂ ਹੁੰਦਾ। ਅਸੀਂ ਚੀਜ਼ਾਂ ਬੜੀ ਮੁਸ਼ਕਲ ਲਈਆਂ ਨੇ ਉਸਤਾਦਾਂ ਕੋਲੋਂ ਖਿਦਮਤਾਂ ਕਰਕੇ, ਅਤੇ ਕਰਨਾ ਤੁਸੀਂ ਇਹ ਵੇ ਤੇਲ ਲੈਣਾ ਪਹਿਲੇ ਨੰਬਰ 'ਤੇ ਗਰੀ। ਜਿਹੜੀਆਂ ਮੈਂ ਚੀਜ਼ਾਂ ਦੱਸਾਂਗਾ ਹਮ ਵਜ਼ਨ ਨੇ, ਇਹ ਚੀਜ਼ਾਂ ਹਮ ਵਜ਼ਨ ਤੁਸੀਂ ਲੈਣੀਆਂ ਨੇ ਜਿਹੜੀ ਜਿਹੜੀ ਚੀਜ਼ ਦੱਸਾਂਗਾ। ਅਤੇ ਗਰੀ ਦਾ ਤੇਲ ਅਸਲ ਹੋਣਾ ਚਾਹੀਦਾ, ਉਹ ਲੈਣਾ ਤੁਸੀਂ। ਉਹਦੇ ਤੋਂ ਬਾਅਦ ਤੁਸੀਂ ਲੈਣਾ ਲੌਂਗ ਦਾ ਤੇਲ। ਲੌਂਗ ਦਾ ਤੇਲ ਜੇ ਆਪ ਕੱਢ ਬਣਾ ਸਕਦੇ, ਜੇ ਕੱਢ ਸਕਦੇ ਜੇ ਫਿਰ ਤਾਂ ਸੋਨੇ ਦੇ ਸੁਹਾਗਾ, ਨਹੀਂ ਤਾਂ ਕਿਸੇ ਅੱਛੀ ਦੁਕਾਨ ਤੋਂ ਪੰਸਾਰੀ ਕੋਲੋਂ ਤੁਹਾਨੂੰ ਮਿਲੇਗਾ। ਉਹਨੂੰ ਕਹਿਣਾ ਕਿ ਯਾਰ ਕੋਈ 10 ਵੀ ਭਾਵੇਂ ਵੱਧ ਲੈ ਲੈ, ਅਤੇ ਤੇਲ ਅਸਲ ਦੇ ਲੌਂਗ ਦਾ ਤੇਲ ਸਰਦੀ 'ਚ ਮੁਰਗੇ ਦੀ ਨੋਕ ਵਾਸਤੇ ਬਹੁਤ ਅਹਿਮ ਚੀਜ਼ ਹੈ, ਅਤੇ ਬੜੀ ਸਪੀਡ ਨਾਲ ਨੋਕ ਤੁਹਾਡੇ ਮੁਰਗੇ ਦੀ ਪੂਰੀ ਹੋਏਗੀ। ਅੱਛਾ, ਗਰੀ ਦਾ ਤੇਲ, ਲੌਂਗ ਦਾ ਤੇਲ, ਬਦਾਮ ਰੋਗਨ, ਤਿੰਨ ਚੀਜ਼ਾਂ ਹੋ ਗਈਆਂ, ਇਹ ਹਮ ਵਜ਼ਨ ਲੈਣੀਆਂ ਨੇ। ਉਹਦੇ ਤੋਂ ਬਾਅਦ ਜਿਸ ਦਿਨ ਘਰ ਵੱਡਾ ਗੋਸ਼ਤ ਪੱਕਾ ਹੋਵੇ, ਜਿਸ ਦਿਨ ਵੱਡਾ ਗੋਸ਼ਤ ਤੁਸੀਂ ਘਰ 'ਚ ਖਾਣ ਵਾਸਤੇ ਪਕਾਉਣਾ, ਉਹਦੀ ਤੁਸੀਂ ਤਰੀ ਲਾ ਲੈਣੀ ਹੈ। ਜਿਹੜੀ ਉੱਤੇ ਤਰੀ ਹੋਏਗੀ ਨਾ, ਉਹ ਤਰੀ ਤੁਸੀਂ ਲਾ ਲੈਣੀ ਹੈ ਤਕਰੀਬਨ ਕੋਈ 2-3 ਚਮਚੀਆਂ, 2-3 ਚਮਚੀਆਂ ਤੁਸੀਂ ਤਰੀ ਵੀ ਲਾਉਣੀ ਹੈ। ਇਹ ਵੀ ਬਹੁਤ ਕਮਾਲ ਚੀਜ਼ ਦੇ, ਆ ਜਿਹੜੀ ਤਰੀ ਹੈ ਨਾ, ਇਹ ਵੀ ਬਹੁਤ ਕਮਾਲ ਚੀਜ਼ ਹੈ। ਲੇਕਿਨ ਹੁਣੀ ਗੋਸ਼ਤ ਦੀ ਚਾਹੀਦੀ ਤਰੀ, ਸਾਲਨ ਦੇ ਉੱਤੋਂ ਤਰੀ ਮੈਂ ਜ਼ਿਆਦਾਤਰ ਵੇਖਿਆ, ਕਈ ਲੋਕ ਘੱਟ ਖਾਂਦੇ ਨੇ ਫਿਰ ਰੋੜ ਦਿੰਦੇ ਨੇ। ਤੁਸੀਂ ਉਹ 4 ਕੁ ਚਮਚ ਜਿਹੜੇ ਨਾ ਤਰੀ ਲਾ ਲੈਣੀ ਹੈ, ਖਾਣ ਵਾਲਾ ਜਿਹੜਾ ਚਮਚ ਹੁੰਦਾ ਆਪਣਾ ਛੋਟਾ ਚਮਚ, 4 ਚਮਚ ਉਹ ਤੁਸੀਂ ਲਾ ਕੇ ਰੱਖ ਲੈਣਾ। ਜਿਹੜੇ ਤੇਲ ਦੱਸੇ ਨੇ ਤੁਹਾਨੂੰ, ਇਹ ਹਮ ਵਜ਼ਨ ਲੈਣੇ ਨੇ, ਅਤੇ ਵਿੱਚ ਤੁਸੀਂ ਉਹਦੇ ਤਰੀ ਮਿਕਸ ਕਰ ਦੇਣੀ ਹੈ। ਮਿਕਸ ਕਰਕੇ ਇਹਨਾਂ ਨੂੰ ਤੁਸੀਂ ਕਿਸੇ ਬਰਤਨ 'ਚ ਪਾ ਕੇ ਰੱਖ ਲਓ, ਉਹਨੂੰ ਜਿਹਦੇ 'ਚ ਮਹਿਫੂਜ਼ ਰਹੇ। ਉਹ ਤੁਸੀਂ ਲਾਉਣਾ ਐਵੇਂ ਮੁਰਗੇ ਨੂੰ 2 ਟਾਈਮ, ਤੁਸੀਂ ਉਹ ਮੁਰਗੇ ਨੂੰ 2 ਟਾਈਮ ਲਾਉਣਾ। ਅਤੇ ਲਾਉਣਾ ਇਸ ਤਰ੍ਹਾਂ ਵੇ, ਮੁਰਗੇ ਨੂੰ ਫੜ ਕੇ ਇਸ ਤਰ੍ਹਾਂ ਰੱਖ ਲੈਣਾ ਝੋਲੀ 'ਚ, ਇਸ ਤਰ੍ਹਾਂ ਝੋਲੀ 'ਚ ਰੱਖ ਲੈਣਾ, ਇਸ ਤਰ੍ਹਾਂ ਮੂੰਹ ਖੋਲ੍ਹਣਾ ਮੁਰਗੇ ਦਾ। ਤਰੀਕਾ ਦੱਸ ਦੇਣਾ ਇਸ ਤਰ੍ਹਾਂ, ਇਸ ਤਰ੍ਹਾਂ ਇਹ ਇਸ ਤਰ੍ਹਾਂ ਲਾ ਕੇ ਇਸ ਜਗ੍ਹਾ 'ਤੇ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਆਰਾਮ ਆਰਾਮ, ਤਾਂ ਕਿ ਉਹਨੂੰ ਥੋੜ੍ਹੀ ਜਿਹੀ ਮਾਲਿਸ਼ ਕਰ ਦੇਣੀ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਸਮਝਾਇਆ ਲਾ ਕੇ, ਅਤੇ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਉਹਨੂੰ ਜਿਸ ਤਰ੍ਹਾਂ ਮਾਲਿਸ਼ ਕਰਨੀ ਹੈ, ਇਸ ਤਰੀਕੇ ਨਾਲ ਤੁਸੀਂ ਲਾਉਣਾ। ਇਹ ਨਹੀਂ ਕਿ ਲਾ ਕੇ ਛੱਡ ਦੇਣਾ, ਅਗਰ ਜਲਦੀ ਰਿਜ਼ਲਟ ਲੈਣਾ ਤਾਂ ਫਿਰ ਤੁਸੀਂ ਆਪੇ ਕਹੋਗੇ ਕਿ ਯਾਰ ਕਿਸੇ ਨੇ ਚੀਜ਼ ਦੱਸੀ ਸੀ। ਇਹ ਅਜ਼ਮਾਈਆਂ ਹੋਈਆਂ ਚੀਜ਼ਾਂ ਦੱਸਣਾ ਤੁਹਾਨੂੰ, ਜਿਹੜੀਆਂ ਮੈਂ ਪ੍ਰੈਕਟੀਕਲ ਕੀਤੀਆਂ ਹੁੰਦੀਆਂ ਨੇ, ਅਤੇ ਦੱਸਣਾ ਵੀ ਉਹ ਚਾਹੀਦਾ ਜਿਹੜੀ ਚੀਜ਼ ਦਾ ਅੱਛਾ ਰਿਜ਼ਲਟ ਹੋਵੇ। ਇਹ ਨਹੀਂ ਕਿ ਚੀਜ਼ ਉਹੋ ਜਿਹੀ ਦੱਸਦੀ ਹੈ ਕਿ ਜਿਹੜਾ ਅਗਲਾ ਲਾ ਲਾ ਕੇ, ਅਤੇ ਇਹ ਗਲਤ ਗੱਲ ਹੈਗੀ ਹੈ। ਮੈਂ ਉਹ ਦੱਸਣਾ ਵਾਂ ਜੋ ਮੈਂ ਅਜ਼ਮਾਇਆ ਹੋਇਆ, ਅਤੇ ਹੋਰਾਂ ਮੈਂ ਦੋਸਤਾਂ ਨੂੰ ਵੀ ਕਈਆਂ ਨੂੰ ਮੈਂ ਜਿਹੜੇ ਮੇਰੇ ਕੋਲ ਪੁੱਛਦੇ ਨੇ, ਅਤੇ ਮੈਂ ਇਹੋ ਹੀ ਚੀਜ਼ ਦੱਸਣਾ ਜਿਹੜੀ ਤੁਹਾਨੂੰ ਦੱਸੀ। ਅਤੇ ਮੁਰਗੇ ਦੀ ਨੋਕ ਦਿਨਾਂ ਦੇ ਵਿੱਚ ਆਏਗੀ ਤੁਹਾਡੇ, ਤੁਸੀਂ ਆਪ ਕਹੋਗੇ ਕਿ ਯਾਰ ਇੱਕ ਤਾਂ ਕਮਾਲ ਚੀਜ਼ ਹੈਗੀ, ਅਤੇ ਇਨਸ਼ਾਅੱਲਾ ਯਾਦ ਕਰੋਗੇ ਕਿ ਚੀਜ਼ ਅੱਛੀ, ਅੱਛੀਆਂ ਚੀਜ਼ਾਂ ਦੱਸੀ ਦੀਆਂ ਨੇ। ਅਤੇ ਦੱਸ ਲਾਉਣਾ ਇਸ ਤਰ੍ਹਾਂ ਮੈਂ ਤੁਸੀਂ, ਅਤੇ ਨਾਲ ਵੀਡੀਓ ਜਿਹੜੀ ਹੈ ਅੱਗੇ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਨੂੰ, ਤਾਂ ਕਿ ਕਿਸੇ ਹੋਰ ਦੋਸਤ ਦਾ ਵੀ ਫਾਇਦਾ ਹੋਵੇ। ਦੱਸਣਾ ਚਾਹੀਦਾ, ਹੋਰਾਂ ਨੂੰ ਵੀ ਦੱਸਿਆ ਕਰੋ ਕਿ ਯਾਰ ਇਹ ਚੀਜ਼ ਹੈ, ਅਜ਼ਮਾਈ ਹੋਈ ਹੈ ਘਰ, ਅਤੇ ਵੀਡੀਓ ਅਗਰ ਮੇਰੀ ਅੱਛੀ ਲੱਗੀ, ਇਹਨੂੰ ਤੁਸੀਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਨਾਲ ਬੈਲ ਨੂੰ ਦਬਾਉਣਾ, ਤਾਂ ਕਿ ਜਿਹੜੀ ਵੀ ਮੇਰੀ ਨਵੀਂ ਵੀਡੀਓ ਆਵੇ ਤੁਹਾਡੇ ਤੀਕਰ ਬਾਸਾਨੀ ਪਹੁੰਚ ਸਕੇ।